ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਹੋ ਆਈ ਹੋਪ ਕਿ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੇ ਨਵਾਂ ਟੀਜ਼ਰ ਆ ਚੁੱਕਾ ਹੈ ਤੁਹਾਨੂੰ ਪਤਾ ਹੀ ਹੋਵੇਗਾ ਸਨੀ ਮਾਲੜ ਦੇ ਅਫੀਸ਼ਲ ਚੈਨਲ ਦੇ ਉੱਤੇ ਤੇ ਸਿੱਧੂ ਮੂਸੇਵਾਲੇ ਦਾ ਕੱਲ ਗਾਣਾ ਆ ਜਾਣਾ ਨਾਲ ਉਹਨਾਂ ਦੇ ਤੇ ਮੈਨੂੰ ਟੀਜ਼ਰ ਬਹੁਤ ਕੈਂਟ ਲੱਗਾ ਤੁਹਾਨੂੰ ਕਿਵੇਂ ਦਾ ਲੱਗਾ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਟੀਜ਼ਰ ਕਿਦਾਂ ਦਾ ਲੱਗਿਆ ਤੇ ਬਹੁਤ ਸਾਰੇ ਲੋਕੀ ਇਹ ਕਹਿੰਦੇ ਕਿ ਇਹ ਗਾਣੇ ਦਾ ਨਾਮ 410 ਕਿਉਂ ਰੱਖਿਆ ਗਿਆ ਇਹਦੇ ਬਹੁਤ ਸਾਰੇ ਮਤਲਬ ਨਿਕਲਦੇ ਆ 410 ਤੁਸੀਂ ਜੇਕਰ ਸਿੱਧੂ ਮੂਸੇਵਾਲਾ ਦੇ ਤੁਸੀਂ ਗਾਣੇ ਸੁਣਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਉਹਨਾਂ ਦੇ ਗਾਣੇ ਦੇ ਵਿੱਚ ਬੰਦੂਕਾਂ ਦੀ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਬੰਦੂਕ ਨੂੰ 410 ਵੀ ਕਿਹਾ ਜਾਂਦਾ ਹੈ ਠੀਕ ਹੈ ਤੇ 410 ਰੱਖਣ ਦਾ ਇਹ ਵੀ ਮਤਲਬ ਹੋ ਸਕਦਾ ਕੈਨੇਡਾ ਦੇ ਵਿੱਚ 410 ਇੱਕ ਰੂਟ ਹਾਈਵੇ ਹੈ ਉਹ ਵੀ ਰੱਖ ਸਕਦੇ ਆ ਬਾਕੀ ਹੁਣ ਕੀ ਪਤਾ ਹੁਣ ਜਦੋਂ ਕੱਲ ਜਦੋਂ ਗਾਣਾ ਰਿਲੀਜ਼ ਹੋਣਾ ਉਦੋਂ ਪਤਾ ਲੱਗਣਾ ਕਿ 410 ਦਾ ਕੀ ਮਤਲਬ ਆ ਬਾਕੀ ਹੁਣ ਜਿੰਨੇ ਬਾਕੀ ਸਿੰਗਰ ਆ ਉਹਨਾਂ ਨੇ ਆਪਣੇ ਡਾਟਾ ਕਰ ਲਿਆ ਚੇਂਜ ਉਹਨਾਂ ਨੇ ਆਪਣਾ ਗਾਣਾ ਨਹੀਂ ਪਾਇਆ YouTube ਤੇ ਜਾਂ ਕਿਤੇ ਵੀ ਹੈਨਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ सनी ਮਾਲਟਰ ਨੇ ਪਾ ਦਿੱਤਾ ਬਹੁਤ ਘੱਟ ਸਮੇਂ ਦੇ ਵਿੱਚ ਹੈਂਗ ਕਰ ਦਿੱਤਾ ਸਾਰਾ YouTube ਇਹਨਾਂ ਨੇ ਤੇ ਇਹ ਸੀਗੀ ਸਿੱਧੂ ਮੂਸੇਵਾਲੇ ਦੀ ਚੜਤ ਤੇ ਪਾਵਰ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਟੀਜ਼ਰ ਤੇ ਆਉਣ ਵਾਲਾ ਟਾਈਮ ਸਿੱਧੂ ਦਾ ਹੀ ਰਹਿਣਾ ਹੈ ਤਾਂ ਇਹ ਕਦੀ ਵੀ ਰੀਪਲੇਸ ਨਹੀਂ ਹੋਣਾ ਅੱਜ ਵੀ ਹੁਣ ਕਈਆਂ ਦੇ ਦਿਲ ਦੇ ਵਿੱਚ ਇਹ ਵੀ ਕੁਸ਼ਣ ਆ ਕਿ ਸਨੀ ਮਲਟਰ ਨੇ ਆਪਣੇ ਅਫੀਸ਼ੀਅਲ YouTube ਚੈਨਲ ਦੇ ਉੱਤੇ Song ਡਾਲ ਰਿਹਾ ਤੇ ਸਿੱਧੂ ਮੂਸੇਵਾਲਾ ਦੇ ਚੈਨਲ ਦੇ ਉੱਤੇ ਕਿਉਂ ਨਹੀਂ ਆ ਰਿਹਾ ਦੇਖੋ ਇਹ ਵੀ ਹੋ ਸਕਦਾ ਹੈ ਕਿ ਆਡੀਓ Song ਸਨੀ ਮਲਟਰ ਦੇ ਚੈਨਲ ਦੇ ਉੱਤੇ ਆਵੇ ਤੇ ਵੀਡੀਓ ਜੋ ਵੀਡੀਓ ਵਗੈਰਾ ਜੋ ਤਿਆਰ ਹੋਈ ਹੋਵੇ ਉਹ ਸਿੱਧੂ ਮੂਸੇਵਾਲਾ ਦੇ ਚੈਨਲ ਦੇ ਉੱਤੇ ਆਵੇ ਤਾਂ ਵੀ ਹੋ ਸਕਦਾ ਕਿਉਂਕਿ ਚੋਰ ਨਹੀਂ ਗਾਣਿਆਂ ਦੇ ਵਿੱਚ ਤੁਸੀਂ ਨੋਟ ਕੀਤਾ ਹੋਵੇਗਾ ਜਦੋਂ ਚੋਰ ਨਹੀਂ ਗਾਣਾ ਆਇਆ ਸੀਗਾ ਉਹਨਾਂ ਨੇ ਆਪਣੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਆਡੀਓ Song ਪਾਇਆ ਸੀ ਕਿਉਂਕਿ ਜਦੋਂ ਵੀਡੀਓ ਆਈ ਸੀ ਕਿ ਉਹ ਰਿਲੀਜ਼ ਹੋਈ ਸੀ ਕਿ Sidhu Moosewala ਦੇ ਚੈਨਲ ਦੇ ਉੱਤੇ ਅਦਾਵੀ ਉਸਾ ਦਾ ਤੇ ਬਾਕੀ ਯਾਰ ਦੇਖੋ Sidhu Sidhu ਹੀ ਰਹਿਣਾ ਆ ਕੋਈ ਵੀ ਰਿਪਲੇਸ ਨਹੀਂ ਕਰ ਸਕਦਾ ਉਹ ਬੰਦੇ ਨੂੰ ਠੀਕ ਆ ਕਿਉਂਕਿ ਉਹ ਸੀਗਾ ਰੱਬ ਰੂਪੀ ਬੰਦਾ ਠੀਕ ਆ ਜੋ ਕਿ ਬਹੁਤ ਘੱਟ ਸਮੇਂ ਦੇ ਵਿੱਚ ਇੰਨਾ ਉੱਚਾ ਮੁਕਾਮ ਹਾਸਲ ਕੀਤਾ ਉਸ ਬੰਦੇ ਨੇ ਅਸੀਂ ਤਾਂ ਹੀ ਉਹਦੇ ਫੈਨ ਆ ਤੇ ਉਹ ਹਮੇਸ਼ਾ ਸੱਚ ਦਾ ਸਾਥ ਦਿੰਦਾ ਸੀਗਾ ਸੱਚ ਬੋਲਣ ਦੀ ਸੋਚ ਹਿੰਮਤ ਸੀਗੀ ਤਾਂ ਹੀ ਉਸੇ ਫੈਨ ਹੋ ਉਹਦੇ ਬੰਦੇ ਦੇ ਐਵੇਂ ਨਹੀਂ ਅੱਡੀ ਜਨਤਾ ਉਹਦੇ ਪਿੱਛੇ ਪਈ ਹੋਈ ਆ ਪਾਗਲਾ ਠੀਕ ਆ ਅੱਜ ਤੱਕ ਉਹ ਗਾਣੇ ਚੱਲਣੇ ਤਾਂ ਚੱਲਦੇ ਹੀ ਰਹਿਣੇ ਆ ਤੁਸੀਂ ਹਾਲੀਵੁੱਡ ਲਾ ਲਓ ਬੋਲੀਵੁੱਡ ਲਾ ਲਓ ਸਰ ਜਗ੍ਹਾ ਗਾਣੇ ਚੱਲਣੇ ਉਹ ਬੰਦੇ ਦੇ ਉਹ ਬੰਦਾ ਕਦੇ ਰਿਪਲੇਸ ਨਹੀਂ ਕੋਈ ਹੋ ਸਕਦਾ ਕਿਉਂਕਿ ਉਹ ਚੜਤ ਦੇ ਵਿੱਚ ਉਹ ਗਿਆ ਐ ਇਸ ਦੁਨੀਆ ਤੋਂ ਆਪਣੇ ਦੇ ਵਿੱਚ ਭਮ ਨਹੀਂ ਹੈਗਾ ਠੀਕ ਆ ਬਟ ਆਪਣੇ ਦਿਲਾਂ ਦੇ ਵਿੱਚ ਹਮੇਸ਼ਾ ਰਹੂਗਾ ਤੇ ਉਹਦੇ ਅੱਧੀ ਗਾਣੇ ਆਉਂਦੇ ਰਹਿਣੇ ਆ ਤਦ ਆਪਾਂ ਸਪੋਰਟ ਕਰਦੇ ਰਹੇ ਨਾ ਤਾਂ ਸੁਣਨੇ ਆਪਾਂ ਉਹਦੇ ਗਾਣੇ ਆ ਚਲੋ ਮੈਂ ਵੀਡੀਓ ਇੱਥੇ ਸਮਾਪਤ ਕਰਦਾ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਹੈ ਪਲੀਜ਼ ਜ਼ਰੂਰ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਤੇ ਟੀਜ਼ਰ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਇਹ ਜ਼ਰੂਰ ਦੱਸਿਓ ਤੇ ਜਿਹੜੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਲਿਖਿਓ ਤੇ ਤੁਹਾਨੂੰ ਕਿੰਨੇ ਕੀ ਵੇਟ ਆ ਗਾਣੇ ਦੇ ਇਸ ਗਾਣੇ ਦੀ ਇਹ ਜ਼ਰੂਰ ਦੱਸਿਓ ਤੇ ਮਿਲਦੇ ਆਪ ਅੱਗੇ ਵੀਡੀਓ ਮੈਂ ਹੋਰ ਵੀ ਲੈ ਕੇ ਆਂਦਾ ਰਵਾਂਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਭੁੱਲਿਓ ਸਤਿ ਸ੍ਰੀ ਅਕਾਲ